ਬਿਸਮਿਲ੍ਲਾ ਰਹਿਮਾਨ ਰਹੀਮ ਅਸਲਾਮ ਵਾਲੇਕਮ ਨਾਜ਼ਰੀਨ, ਅੱਜ ਦਾ ਵਲੋਗ ਸ਼ੁਰੂ ਕਰਨਾ ਹੈ ਅੱਲਾਹ ਦੇ ਫਜ਼ਲ ਅਤੇ ਕਰਮ ਨਾਲ। ਜਨਾਬ ਅੱਜ ਜੁੰਮੇ ਦਾ ਦਿਨ ਹੈ ਅਤੇ ਜੁੰਮਾ ਪੜ੍ਹਾਉਂਦੇ ਬਿਲਕੁਲ ਸਾਡੇ ਘਰ ਨਾਲ ਹੀ ਤਕਰੀਬਨ ਨਾ ਮਸਜਿਦ ਹੈ, ਠੀਕ ਹੈ। ਪਿੱਛੇ ਜਿਸ ਟਾਈਮ ਯੂਨਾਨ ਰਹੇ ਉੱਥੇ ਤਾਂ ਯਾਰ ਮਸਜਿਦ ਹੀ ਗੁਣੀ ਨੇੜੇ ਲੱਭੀ ਗਈ, ਈਦ ਵੀ ਪੜ੍ਹੀਏ ਇੱਕਦਮ ਰੇੜੇ 'ਤੇ ਜਾ ਪੜ੍ਹੀਏ ਅਤੇ ਅਲਹਮਦੁਲਿਲਾ ਇੱਥੇ ਮਸਜਿਦ ਹੈ ਕੋਲ, ਮਸਜਿਦ ਬਿਲਾਲ ਨਾਮ ਹੈ, ਠੀਕ ਹੈ। ਚੈੱਕ ਕਰੋ ਅਤੇ ਹੁਣ ਚਲੀਏ, ਟਾਈਮ ਉਂਝ ਹੋ ਗਿਆ ਅਤੇ ਮੇਰਾ ਦਿਲ ਨਮਾਜ਼ ਸ਼ਮਾਜ਼ ਪੜ੍ਹੀਏ, ਜੁੰਮਾ ਸ਼ੁਮਾ ਪੜ੍ਹੀਏ, ਠੀਕ ਹੈ। ਅਤੇ ਉਸ ਤੋਂ ਬਾਅਦ ਅੱਗੋਂ ਫਿਰ ਇਹਦੇ ਪਾਰਕ ਵੱਲ ਜਾਂਦੇ ਹਾਂ, ਇੱਕ ਇੱਦਾਂ ਕੋਈ ਸੀਨ ਸੱਪਾ ਵਿਖਾ ਛੱਡਦੇ ਹਾਂ, ਜੁੰਮਾ ਸ਼ੁਮਾ ਪੜ੍ਹ ਕੇ ਅਤੇ ਇਨਸ਼ਾਅੱਲਾ ਫਿਰ ਤਾਂ ਸਾਰਾ ਕੁਝ ਜੀ ਕੁਛ ਤਰੀਕਾ ਕਰ ਰਿਹਾ ਵਿਖਾਵਾਂ ਅਤੇ ਭਲਮ ਵੇਖ ਲਵਾਂ ਉਸ ਇੱਥੇ ਹੁੰਦਾ ਜਾਂ ਉਹ ਨਹੀਂ ਹੁੰਦਾ। ਬੜਾ ਬਿਹਤਰੀਨ ਨਿਜ਼ਾਮ ਸਿਸਟਮ ਹੈ। ਜਨਾਬ ਜੁੰਮਾ ਸ਼ੁਮਾ ਪੜ੍ਹ ਲਿਆ ਅਤੇ ਹੁਣ ਬਾਹਰ ਨਿਕਲੇ ਹਾਂ, ਠੀਕ ਹੈ। ਅਤੇ ਫਿਰ ਇੱਕਦਮ ਹੁਣ ਮੇਰਾ ਦਿਲ ਇੱਥੇ ਜਾਂ ਡੇਢ ਬਾਹਰ ਬਵੀਏ ਅਤੇ ਹੁਣ ਜਨਾਬ ਦੇ ਪਾਰਕ ਸ਼ਾਰਕ ਵਾਲੀ ਅੱਗੇ ਪਿੱਛੇ ਜਾਂਦੇ ਹਾਂ, ਇਹੀ ਕੰਮ ਹੈ ਸਾਡੇ, ਹੋਰ ਕੰਮ ਕੋਈ ਨਹੀਂ। ਅਤੇ ਵਿਊ ਸ਼ਿਊ ਜਿਹੜਾ ਨਹੀਂ ਦੋਨੋਂ ਚੈੱਕ ਕਰਾਵਾਂਗੇ, ਚੈੱਕ ਕਰੋ ਖਾ। ਜਨਾਬ ਹੁਣ ਚੱਲੇ ਹਾਂ ਇੱਥੇ ਪੀਜ਼ਾ ਖਾਣ, ਆ ਪਿੱਛੇ ਬਾਈ ਦੀ ਬੰਬੇ ਲੱਗੇ ਹੁੰਦੇ ਨੇ, ਹੁਣ ਪਤਾ ਨਹੀਂ ਕਿਹੜੀ ਜਗ੍ਹਾ 'ਤੇ ਲੈ ਜਾਂਦੇ ਨੇ, ਵੇਖਣੇ ਤੱਕਣੇ, ਠੀਕ ਹੈ। 23 ਸੈਂਟੀਗ੍ਰੇਡ ਅੱਜ, ਪਹਿਲੇ ਦਿਹਾੜੇ ਇਸ ਜਗ੍ਹਾ 'ਤੇ ਆਇਆ ਉਸ ਮੈਂ। ਇਹਨ ਕੀ ਪਤਾ ਨਹੀਂ ਚੈਂਤਰ ਹੋ ਕੇ ਪਤਾ ਨਹੀਂ ਕੀ ਯਾਰ ਆਖਦੇ ਨੇ, ਨਾ ਹੀ ਬੋਲ ਜਾਂਦੇ ਨੇ ਮਿਹਨਤ ਬੜੀ ਜਲਦੀ। ਲਓ ਜਨਾਬ ਬਾਈ ਰੇ ਤਾਂ ਨਾਰਾ ਮਾਰ ਗਏ ਨੇ ਅਤੇ ਮੈਂ ਵੀਰ ਦੇ ਹੁਣ ਕਰਿਆ ਨਾਰਾ ਮਾਰੂੰਗਾ, ਠੀਕ ਹੈ। ਅਤੇ ਬਾਕੀ ਜਾਡੇ ਡੋਨ ਬਣਨੇ ਆ, ਫਿਰ ਕਦੋਂ ਨਿਕਲਣੇ ਆ ਘੁੰਮਦੇ ਫਿਰਨੇ ਆ। ਲਓ ਜਨਾਬ ਪਹਿਲੀ ਤਾਂ ਗੱਲ, ਮੈਂ ਪੜ੍ਹਨਾ ਕਨਫਿਊਜ਼ ਹੋ ਗਿਆ, ਬੋਲੀ ਨਾ ਪੈ ਜਾਵਾਂ। ਫਿਰ ਉਹ ਸਾਹਮਣੇ ਗਲੀ ਨਜ਼ਰ ਆਈ ਹੈ ਪਾਰਕ ਦੀ, ਇੱਥੋਂ ਆਉਣਾ ਖੱਬੇ ਹੋ ਜਾਣਾ, ਗੁਰੂ ਸਾਹਿਬ ਸਾਹਮਣੇ ਆਪਣਾ ਘਰ ਆ ਜਾਣਾ, ਚੱਲੇ ਮੈਂ ਮਹਿਲ ਵਗੈਰਾ ਮੈਂ ਚਾਰੇ ਹੀ ਕਰਨਾ, ਉਸ ਤੋਂ ਬਾਅਦ ਫਿਰ ਨੈਕਸਟ ਪ੍ਰੋਸੀਜਰ ਕਰਾਂਗੇ। ਨਾ ਉਸ ਤੋਂ ਬਾਅਦ ਵਲੌਗ ਬਣਾਇਆ ਹੀ ਕੋਈ ਨਹੀਂ, ਘਰੇ ਦਾ ਥੋੜ੍ਹਾ ਕੰਮ ਸ਼ਾਮੇ ਕਰਨ ਲੱਗ ਪਿਆ, ਅਲਮਾਰੀਆਂ ਸ਼ਮਾਰੀਆਂ ਆਈਆਂ ਨੇ ਇਹ ਰੱਖਣ ਰੱਖਾਉਣ ਲੱਗ ਪਿਆ, ਅਤੇ ਇਨਸ਼ਾਅੱਲਾ ਕੱਲ੍ਹ ਤੋਂ ਵਲੌਗ ਸ਼ੁਰੂ ਕਰਾਂਗੇ। ਇਹ ਅਲਮਾਰੀਆਂ ਪਈਆਂ ਨੇ ਜਾ ਪਈਆਂ ਜਾ ਪਈਆਂ ਅਤੇ ਹੁਣ ਇਹ ਜੇ ਇਨਸ਼ਾਅੱਲਾ ਸੋਰੀ ਕੱਲ੍ਹ ਇਨਸ਼ਾਅੱਲਾ ਵਲੌਗ ਸ਼ੁਰੂ ਕਰਾਂਗੇ।